ਹੈਲੋ ਸਸਕਾਰ ਮੈਂ YouTube ਫੈਮਿਲੀ ਕੀ ਹਾਲ ਚਾਲ ਆ ਕਿ ਮੈਂ ਤੁਸੀਂ ਠੀਕ ਠਾਕ ਆਈ ਹੋਵ ਤੁਸੀਂ ਠੀਕ ਠਾਕ ਹੀ ਹੋਮੋਂਗੇ ਅੱਜ ਮੌਸਮ ਵੀ ਠੀਕ ਆ ਧੁੱਪ ਵੀ ਨਿਕਲੀ ਹੋਈ ਆ ਪਰ ਠੰਡ ਵੀ ਹੁੰਦੀ ਕੋਰਾ ਜੋ ਪੈ ਜਾਂਦਾ ਉਹਦੇ ਕਰਕੇ ਠੰਡ ਵੀ ਹੋ ਜਾਂਦੀ ਆ ਹਨਾ ਤੇ ਅੱਜ ਤਰੀਖ ਹੈਗੀ ਆ 13 ਤੇ ਆਪਾਂ ਤੁਹਾਨੂੰ ਇੱਕ ਨਵੇਂ ਮਹਿਮਾਨ ਦੇ ਨਾਲ ਮਿਲਾਵਾਂਗੇ ਛੋਟਾ ਜਿਹਾ ਮਹਿਮਾਨ ਆ ਬਹੁਤ ਹੀ ਪਿਆਰਾ ਕਿਊਟ ਆ ਤੇ ਬਹੁਤ ਹੀ ਜ਼ਿਆਦਾ ਕਿਊਟ ਆ ਉਹ ਉਹਦੇ ਨਾਲ ਤੁਹਾਨੂੰ ਆਪਾਂ ਮਿਲਾਵਾਂਗੇ ਅੱਜ ਤੇ ਉਹਦਾ ਨਾਮ ਕੀ ਰੱਖਿਆ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਮਲਾਈਏ ਫੇ ਤੁਹਾਨੂੰ ਠੀਕ ਆ ਦੇ ਇਹ ਛੱਡਾ ਸ਼ੋਨਾ ਜਿਹਾ ਮਹਿਮਾਨ ਪੱਗ ਮੇਰੇ ਗੁਗਰੂ ਮੁਗਰੂ ਆਏ ਇਹਦਾ ਸੀ ਨਾ ਰੱਖਿਆ ਆ ਬਾਦਲ ਬਾਦਲ ਨਾ ਆ ਸੀ ਇਹਦਾ ਰੱਖਿਆ ਹੈ ਇਹ ਬਹੁਤ ਹੀ ਜਿਆਦਾ ਕਿਊਟ ਹੈ ਬਹੁਤ ਹੀ ਜਿਆਦਾ ਪਿਆਰਾ ਹੈ ਛੋਟਾ ਜਿਹਾ ਆਇਆ ਤੇ ਇਹ 38 ਦਿਨਾਂ ਦਾ ਆਇਆ 6 ਜਨਵਰੀ ਨੂੰ ਇਹਦਾ ਸੀਗਾ ਬਰਥਡੇ 6 ਜਨਵਰੀ ਨੂੰ ਹੈ ਨਾ 6 ਜਨਵਰੀ ਨੂੰ ਸੀਗਾ ਜਿਹੜਾ ਬਰਥਡੇ ਹੈ ਵੋਈ ਗੁੱਗੂ ਉਹ ਬਾਦਲ ਬਾਦਲ ਬੋਟਾ ਪੈਣੀ ਆਕਤੀ ਨਾ ਤਾਂ ਕਰਕੇ ਫੇ ਅਸੀਂ ਬਾਦਲ ਹੀ ਨਾ ਰੱਖ ਰਿਹਾ ਦੇਖੀ ਜੱਟ ਦਾ ਕੋਣਿਆ ਬਾਗ ਲਈ ਜਿੱਤੂ ਦਾ ਹਨਾ ਬਾਦਲ ਬਾਦਲ ਨਿੱਕੇ ਜਾਨ ਫੜਾ ਅਰੇ ਬਾਦਲ ਬੜੀ ਮੀਟਾ ਨੇ ਆਪਣੇ ਜਨੋਸਾਰੇ ਨੋ ਫਸ ਗਿਆ ਹਾਂ ਇਦਲੇ ਫਸ ਗਿਆ ਤੇ ਦੇ ਦਾ ਬੜਾ ਹੀ ਪਿਆਰਾ ਆ ਛੋਟਾ ਜਿਹਾ ਆ ਨਿੱਕੋ ਜਿਹਾ ਨਿੱਕੀ ਜੀ ਗੁੱਗੂ ਮੋਗੂ ਜੀ ਆਏ 38 ਦਿਨ ਦਾ ਸਰ ਫਸ ਜਾਈ ਚੱਲ ਛੱਲੇ ਤਾ ਦੇਨ

ਇਹ ਜਿਹੜਾ ਪੱਗ ਨਸਲ ਦਾ ਡੌਗ ਹੈ ਨਾ ਮੈਨੂੰ ਬਹੁਤ ਜ਼ਿਆਦਾ ਪਸੰਦ ਆ। ਪਹਿਲਾਂ ਸਾਡੇ ਸੀਗਾ ਅ ਉਹ ਸੀ 1-2 ਸਾਲ 1 ਸਾਲ ਇੱਕ ਪਹਿਲਾਂ ਵੱਡਾ ਸੀਗਾ ਉਹ ਸਾਡੇ ਜਦੋਂ ਅਸੀਂ ਲਿਆਂਦਾ ਸੀਗਾ ਤੇ ਉਹ ਕੁੱਤੀ ਸੀਗੀ ਉਹ ਉਹਦਾ ਨਾਂ ਸਪੈਰੋ ਸੀਗਾ ਤੇ ਉਹ ਸਾਡੇ ਕੋਲ 7-8 ਸਾਲ ਰਹੀ ਆ। ਫਿਰ ਉਹ ਬਿਮਾਰ ਹੋ ਗਈ ਸੀਗੀ ਉਹਦੇ ਕਰਕੇ ਫਿਰ ਉਹਦੀ 15-20 ਦਿਨ ਬਿਮਾਰ ਵੀ ਰਹੀ ਅਸੀਂ ਲਾਜਵੇ ਦਾ ਕਰਾਇਆ ਪਰ ਉਹ ਠੀਕ ਨਹੀਂ ਹੋਈ ਤੇ ਉਹ ਮੁੱਕ ਗਈ ਸੀਗੀ। ਅ 22 ਜੁਲਾਈ ਨੂੰ ਮੁੱਕ ਗਈ ਸੀ ਪਿਛਲੇ ਨੂੰ। ਤੇ ਉਦੋਂ ਦਾ ਫਿਰ ਸਾਡਾ ਇਸ ਡੌਗ ਦੇ ਨਾਲ ਬਹੁਤ ਜ਼ਿਆਦਾ ਹੀ ਪਿਆਰ ਸੀਗਾ ਤੇ ਅਸੀਂ ਸੋਚਿਆ ਸੀਗਾ ਵੀ ਜਦੋਂ ਵੀ ਲਿਆਉਣਾ ਸੀ ਇਦਾਂ ਦਾ ਹੀ ਲਿਆਉਣਾ ਆ ਫਿਰ ਸਾਨੂੰ ਮਿਲਿਆ ਵੀ ਸੀਗਾ ਇੱਕ ਉਹ ਸੀਗਾ ਅ ਮੁੱਤੀਸ਼ ਕਿਹੜਾ ਸੀਗਾ ਨਹੀਂ ਦੂਜਾ ਜਿਹੜਾ ਆਪਾਂ ਲਿਆਂਦਾ ਵਾਈਟ ਚਿੱਟਾ ਆਹੋ ਆਹੋ ਫਿਰ ਸਾਨੂੰ ਪਪੇਲੀਅਨ ਮਿਲਿਆ ਸੀਗਾ ਇੱਕ ਤੇ ਪਰ ਪਪੇਲੀਅਨ ਸਾਨੂੰ ਪਸੰਦ ਨਹੀਂ ਸੀਗਾ ਕਿਉਂਕਿ ਉਹਦੇ ਵਾਲ ਬਹੁਤ ਜ਼ਿਆਦਾ ਹੁੰਦੇ ਆ ਹਨਾ ਫਿਰ ਉਹਨੂੰ ਨਿਣਾਉਣਾ ਬਹੁਤ ਔਖਾ ਆ ਕਿਉਂਕਿ ਸਾਨੂੰ ਹੁੰਦਾ ਹੈ ਵੀ ਅਸੀਂ ਡੌਗ ਨੂੰ ਨਿਣਾਉਣਾ ਆ ਉਹਨੂੰ ਸਾਫ਼ ਸੁਥਰਾ ਰੱਖਣਾ ਆ ਹਨ ਤੇ ਉਹਦੇ ਵਾਲ ਬਹੁਤ ਜ਼ਿਆਦਾ ਹੁੰਦੇ ਸੀਗੇ ਉਹਨੂੰ ਨਿਣਾਉਣਾ ਬਹੁਤ ਜ਼ਿਆਦਾ ਔਖਾ ਸੀਗਾ ਫਿਰ ਇਸ ਕਰਕੇ ਉਹਨੂੰ ਅਸੀਂ ਨਹੀਂ ਰੱਖਿਆ ਉਹ ਥੋੜਾ ਵੱਡਾ ਵੀ ਸੀਗਾ ਜਿਆਦਾ ਛੋਟਾ ਨਹੀਂ ਸੀ ਲਿਆ ਸੀ 5-6 ਮਹੀਨਿਆਂ ਦਾ ਵੱਡਾ ਸੀਗਾ ਉਹ ਤੇ ਫਿਰ ਉਹਨੂੰ ਅਸੀਂ ਦੇ ਦਿੱਤਾ ਸੀਗਾ ਇੱਕ ਵੀਕ ਇੱਕ ਹਫ਼ਤਾ ਰੱਖ ਕੇ ਫਿਰ ਅਸੀਂ ਕਿਸੇ ਨੂੰ ਦੇ ਦਿੱਤਾ ਸੀਗਾ ਤੇ ਅਸੀਂ ਕਿਉਂ ਜਦੋਂ ਅਸੀਂ ਲੈਣਾ ਅਸੀਂ ਛੋਟਾ ਜਿਹਾ ਬੱਚਾ ਹੀ ਲੈਣਾ ਹੈ ਤਾਂ ਜੋ ਉਹ ਨੂੰ ਅਸੀਂ ਆਪਣੇ ਤਰੀਕੇ ਨਾਲ ਉਹਨੂੰ ਗਾਈਡ ਕਰ ਸਕੀਏ ਤੇ ਉਹਨੂੰ ਆਪਣੇ ਤਰੀਕੇ ਨਾਲ ਅਸੀਂ ਸਿਖਾ ਸਕੀਏ ਸਾਰਾ ਕੁਝ ਜੋ ਵੀ ਸਿਖਾਉਣਾ ਹੈ ਨਾ ਤੇ ਜਿਹੜੀ سپੈਰੋ ਸੀਗੀ ਉਹ ਵੀ 1 ਸਾਲ ਵੱਡੀ ਸੀਗੀ ਸਾਡੇ ਕੋਲ ਜਦੋਂ ਆਈ ਸੀ ਪਰ ਉਹਨਾਂ ਟਾਈਮ ਸਾਡੇ ਕੋਲ ਬਹੁਤ ਵਧੀਆ ਕੱਢਿਆ ਉਹਨੇ ਤੇ ਇਹ ਉਹਦੇ ਕਰਕੇ ਫਿਰ ਅਸੀਂ ਹੁਣ ਫਿਰ ਅਸੀਂ ਮੇਰੇ ਬੇਟੇ ਨੇ ਦੂਜਾ ਲਿਆਂਦਾ ਉਹ ਜਿਹੜਾ ਹੁੰਦਾ ਆ ਖਤਰਨਾਕ ਜਿਹਾ ਜਿਹੜਾ ਹੁੰਦਾ ਤੇ ਅਸੀਂ ਕਿਹੜਾ ਸੀ ਉਹ ਪੇਟ ਬੋਲ ਲਿਆਂਦਾ ਬੈਟਬੋਲ ਦੀ ਉਹ ਕੁੱਤੀ ਸੀਗੀ ਛੋਟੀ ਜਿਹੀ ਤੋਂ ਪਰ ਮੈਨੂੰ ਪਸੰਦ ਨਹੀਂ ਸੀਗੀ ਕਿਉਂਕਿ ਉਹ ਜਦੋਂ ਜੰਦੀ ਜੰਦੀ ਵੱਢਦੀ ਸੀ ਥੋੜਾ ਜਿਹਾ ਉਹਦਾ ਲੋਕ ਜ ਆ ਜਾਂਦਾ ਸੀ ਲੱਗਦਾ ਸੀ ਕਿ ਨਿਕਲਦੇ ਨਹੀਂ ਸੀ ਦੰਦ ਉਹਦੇ ਉਹ ਵੀ ਤਿੰਨਾ ਦੋ ਕੁ ਮਹੀਨਿਆਂ ਦੀ ਸੀਗੀ ਸ਼ਾਇਦ ਫਿਰ ਉਹ ਅਸੀਂ ਲਿਆਂਦੀ ਉਹ ਅਸੀਂ ਲਿਆਂਦੀ ਸੀ ਤੇ ਉਹ ਵੀ ਅਸੀਂ ਹਫ਼ਤਾ ਕੀ ਰੱਖੀ ਕਿਉਂਕਿ ਮੈਨੂੰ ਜਿਆਦਾ ਪਸੰਦ ਨਹੀਂ ਆਈ ਉਹ ਮੈਂ ਕਿਹਾ ਵੀ ਉਹਦਾ ਕੋਈ ਹੈ ਨਹੀਂਗਾ ਮੈਨੂੰ ਲੱਗਦਾ ਹਨਾ ਫਿਰ ਅਸੀਂ ਉਹ ਦੇਤੀ ਸੀਗੀ ਉਹਨੂੰ ਜਿੱਥੋਂ ਅਸੀਂ ਲਈ ਸੀ ਉੱਥੇ ਵਾਪਸ ਅਸੀਂ ਦੇਤੀ ਸੀਗੀ ਇਹ ਫਿਰ ਅਸੀਂ ਪੱਗ ਅਸੀਂ ਲੈਂਦਾ ਕੱਲ ਇਹ ਅਸੀਂ ਕੱਲ ਲੈ ਕੇ ਆਂਦਾ ਸ਼ਾਮੀ ਰਾਤੀ ਲਿਆਂਦਾ ਸੀ ਰਾਤੀ ਲੈ ਕੇ ਆਂਦਾ ਸੀਗਾ ਅਸੀਂ ਇਹ ਲੁਧਿਆਣੇ ਤੋਂ ਲੈ ਆਂਦਾ ਲੁਧਿਆਣੇ ਦੇ ਨਾਨਕੇ ਆ ਤੇ ਉੱਥੋਂ ਅਸੀਂ ਇਹ ਲਿਆਂਦਾ ਮੇਰੀ ਗੁੱਗਰੋ ਮੁਗਰੋ ਇਹ ਵੇ ਸ਼ੋਨੀ ਜੀ ਕੁੜੀ ਨਿੱਕੀ ਜੀ ਕੁੜੀ ਛੱਡੀਏ ਇਹ ਨਿੱਕੀ ਜੀ ਰਾਤੀ ਨੇ ਮੈਨੂੰ 4 ਵਜੇ ਠਾੜਿਆ ਠਾਲਿਆ ਨੇ ਜਦੋਂ ਡੱਬੇ ਦੇ ਵਿੱਚ ਬਿਠਾਇਆ ਸੀਗਾ ਉਹ ਡੱਬਾ ਥੋੜਾ ਵੱਡਾ ਸੀਗਾ ਤੇ ਉਹਦੇ ਵਿੱਚ ਇਹ ਸੋ ਦੁੱਧ ਪੀ ਕੇ ਸੌ ਜਾਂਦਾ ਸੀਗਾ ਤਾਂ ਬਾਅਦ ਵਿੱਚ ਫੇਰ ਹੀ ਉੱਠ ਖੜਦਾ ਸੀਗਾ ਫਿਰ ਮੈਨੂੰ ਹੀ ਇਹਨੂੰ ਦੁੱਧ ਪਲਾਉਣਾ ਪੈਂਦਾ ਸੀ ਰਾਤੀ ਚਾਰ ਵਾਰੀ ਇਹਨੂੰ ਦੁੱਧ ਪਲਾਇਆ ਸੀ ਰਾਤੀ ਉੱਠ ਉੱਠ ਕੇ ਤੇ ਇੰਨੀਆਂ ਜਾਣੀ ਕਿ ਇਹ ਇੰਨਾ ਸ਼ਰਾਰਤੀ ਹੈ ਨਾ ਬਹੁਤ ਜ਼ਿਆਦਾ ਜੋ ਦੁੱਧ ਪੀ ਲੈਂਦਾ ਫਿਰ ਚਾਹੁੰਦਾ ਕਿ ਮੇਰੇ ਨਾਲ ਖੇਲੋ ਫਿਰ ਖੇਲਾਣਾ ਚਾਹੁੰਦਾ ਹੈ ਬੋਲਦਾ ਆ ਤੇ ਰੋੜਾ ਜਾ ਬਹੁਤ ਪੁੰਦਾ ਹੈ ਫਿਰ ਪੈਰ ਮਾਰਦਾ ਹੈ ਨਾ ਤੇ ਤਾਂ ਕਰਕੇ ਮੈਂ ਚਾਹੁੰਦੀ ਕਿ ਜੇ ਛੋਟਾ ਜਿਹਾ ਵੀ ਹੋਏ ਉਹਨੂੰ ਬੰਦਾ ਆਪਣੇ ਤਰੀਕੇ ਨਾਲ ਗਾਈਡ ਕਰ ਲੈਂਦਾ ਹੈ ਤੇ ਛੋਟਾ ਹੀ ਲੈਣਾ ਚਾਹੀਦਾ ਜਾਂ ਵੱਡਾ ਲੋ ਤਾਂ ਆਪਣੇ ਤਰੀਕੇ ਨਾਲ ਗਾਈਡ ਵੀ ਨਹੀਂ ਹੁੰਦਾ ਹੈਗਾ ਉਹ ਜਿੱਦਾਂ ਦਾ ਪਹਿਲਾਂ ਹੁੰਦਾ ਉਦਾਂ ਦਾ ਹੀ ਹੁੰਦਾ ਆ ਹਨਾ ਤੇ ਇਹ ਛੋਟਾ ਜਿਹਾ ਹਲੇ ਹੈਗਾ ਕਰਕੇ ਇਹਨੂੰ ਅਸੀਂ ਆਪਣੇ ਤੇਕੇ ਨਾਲ ਗਾਈਡ ਕਰ ਸਕਦੇ ਆ ਉਹ ਦੇਖੋ ਉਹਦੇ ਉੱਥੇ ਜਾ ਕੇ ਨਾ ਜਦੋਂ ਵੱਡਦਾ ਉਹ ਉਹਨਾਂ ਡੱਬਿਆਂ ਥੱਲੇ ਜਾ ਕੇ ਵੱਡ ਜਾਂਦਾ ਹਾਂ ਉਹ ਉੱਥੇ ਆ ਕੇ ਬਹਿ ਗਿਆ ਹਾਂ ਉਹਦੇ ਪਾਲੀ ਸਾਈਡ ਤੇ ਵੀ ਇਦੀ ਕਰਦਾ ਹੈ ਤੇ ਇਹਦਾ ਨਾਂ ਅਸੀਂ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਸਾਨੂੰ ਕੋਈ ਨਾਂ ਪਸੰਦ ਜਿਆ ਨਹੀਂ ਸੀ ਹੁੰਦਾ ਤਾਂ ਫਿਰ ਅਸੀਂ ਬਾਦਲ ਹੀ ਇਹਦਾ ਨਾਂ ਰੱਖਣਾ ਪਸੰਦ ਕੀਤਾ ਸਾਨੂੰ ਵਧੀਆ ਲੱਗਾ ਤੇ ਨਾਂ ਤਾਂ ਹੋਰ ਵੀ ਕਾਫੀ ਸਾਰੇ ਸੀਗੇ ਤੇ ਇਸ ਵਾਰ ਅਸੀਂ ਡੌਗ ਲਿਆਇਆ ਅਸੀਂ ਇਸ ਵਾਰ ਅਸੀਂ ਅ ਮੁੰਡਾ ਲਿਆਇਆ ਕੁੜੀ ਨਹੀਂ ਲਈ ਹੈਗੀ ਪਿਛਲੀ ਵਾਰ ਸਾਡੇ ਕੁੜੀ ਸੀਗੀ ਜਿਹੜੀ ਸਪੈਰੋ ਸੀਗੀ ਉਹਦਾ ਨਾਮ ਵੀ ਸੋਹਣਾ ਸੀਗਾ ਸਪੈਰੋ ਤੇ ਉਹ ਸੀਗੀ ਕੁੜੀ ਸੀਗੀ ਤੇ ਮੁੰਡਾ ਅਸੀਂ ਇਸ ਵਾਰ ਲਿਆ ਅਸਕੇ ਇੱਕ ਤੇ ਮੁੰਡਾ ਲੈ ਕੇ ਦੇ ਦਿਆਂ ਹਨਾ ਬਾਦਲ ਬਾਦਲ ਸ਼ਾਮੇ ਬੈਠ ਕੇ ਕੰਬਣ ਡਿਆ ਆ ਬਿਦੂ ਐਨੀ ਤਾਂ ਆਪਾਂ ਉੱਥੇ ਬਹਿ ਜਾ ਹਨਾ ਉੱਥੇ ਨਹੀਂ ਬਹਿਣਾ ਨੇ ਆਜੋ ਇਹ ਲਿਆ ਕੱਢੀ ਕੱਢ ਕੇ ਲਿਆ ਕੱਢੀ शामे बैठ के कंपन डया काम देख लो काम लगाती शामे लेके ठुप्पे बैठो था ठुप्पे नहीं बैठा दे चुनी हैं गुग्गु जीया पण ठुप्पे बैठियो ते हैगा बहुत प्यारा है तुण तुण दस्यो था दा दा तो बाकी तुसी दसो थानू कि द लगा साडा वाला न्यू बेबी ठीक है है बहुत ही ज्यादा प्यारा है बादल बादल ਨਿੱਕਾ ਜਿਹਾ ਜਦੋਂ ਛੋਟਾ ਜਿਹਾ ਹੈ ਨਾ ਹੁੰਦਾ ਹੈ ਜਦੋਂ ਦੌੜਾ ਫਿਰਦਾ ਕਿੰਨਾ ਪਿਆਰਾ ਲੱਗਦਾ ਹੈ ਨਾ ਤੇ ਠੀਕ ਹੈ ਫਰੈਂਡਸ ਦੱਸਿਓ ਤੁਸੀਂ ਮੈਨੂੰ ਕਿ ਸਾਡਾ ਡੌਗ ਤੁਹਾਨੂੰ ਕਿਹੋ ਜਿਹਾ ਲੱਗਾ ਜੇ ਨਾ ਤੁਹਾਨੂੰ ਥੋੜਾ ਜਿਹਾ ਨਹੀਂ ਇਹ ਸੋਹਣਾ ਲੱਗਾ ਕੋਈ ਹੋਰ ਰੱਖਣਾ ਤੁਹਾਨੂੰ ਵਧੀਆ ਜਿਹਾ ਕੋਈ ਨਾਮ ਤੁਹਾਡੇ ਕੋਲ ਹੈਗਾ ਦਿਮਾਗ 'ਚ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਉਹ ਇਹਦਾ ਨਾਮ ਰੱਖ ਲਾਂਗੇ ਤੇ ਬਾਕੀ ਠੀਕ ਹੈ ਫਰੈਂਡਸ ਓਕੇ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਨੈਕਸਟ ਬਲੌਗ ਦੇ ਨਾਲ ਤੇ ਜੇ ਮੇਰਾ ਚੈਨਲ ਤੁਹਾਨੂੰ ਵਧੀਆ ਲੱਗਦਾ ਆ ਵੀਡੀਓਜ਼ ਵਧੀਆ ਲੱਗਦੀਆਂ ਨੇ ਮੇਰੇ ਵਿਚਾਰ ਵਧੀਆ ਲੱਗਦੇ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਕਮੈਂਟ ਜ਼ਰੂਰ ਕਰ ਦਿਆ ਕਰੋ ਕਿ ਮੇਰੀ ਵੀਡੀਓ ਕਿਹੋ ਜਿਹੀ ਲੱਗਦੀ ਆ ਤੁਹਾਨੂੰ ਠੀਕ ਹੈ ਅੱਧੀ ਹੋਂਦਾ ਫਿਰ ਵੀ ਸ਼ਾਮੇ ਜਾ ਕੇ ਜਨੇ ਬਹਿਣਾ ਠੀਕ ਹੈ ਤੇ ਓਕੇ ਬਾਈ ਫਰੈਂਡਸ